ਜਿੱਥੇ ਕੈਮਰੇ ਨਹੀਂ ਲੱਗੇ ਹੋ ਉੱਥੇ ਪਹਿਲਾਂ ਤਾਂ ਸਾਨੂੰ ਆਪੇ ਬਹਿ ਕੇ ਪੂਰੀਆਂ ਸਲਾਹਾਂ ਕੀਤੀਆਂ ਜਾਂਦੀਆਂ ਆ, ਠੀਕ ਹੈ ਨਾ? ਫਿਰ ਮੁੜ ਕੇ ਸਾਨੂੰ ਜੇ ਅਸੀਂ ਨਾ ਕਰਦੇ ਨਾ ਕਿਸ ਚੀਜ਼ ਤੋਂ, ਸਾਨੂੰ ਕਹਿੰਦੇ ਤੇ ਅਸੀਂ ਐਡਵਾਂਸ ਲਿਆ ਹੋਇਆ ਆ, ਕਿਸ ਚੀਜ਼ ਦਾ ਐਡਵਾਂਸ? ਸਾਨੂੰ ਕਹਿੰਦੇ ਕਿ ਗੱਡੀਆਂ 'ਚ ਬੈਠੋ। ਲਵੀ ਖੰਨਾ ਮੁੰਡੇ ਦਾ ਨਾਮ ਆ ਜਿਹੜਾ ਕਿ ਧੰਦਾ ਚਲਾ ਰਿਹਾ ਆ, ਠੀਕ ਆ? ਆਪਣੀ ਫੈਕਟਰੀ ਆ ਤੇ ਖੰਨਾ ਨਿਵਾਸ ਸਪੋਰਟ ਰੋਸ਼ਨ ਗਰਾਊਂਡ ਦੇ ਕੋਲ ਉਹਦਾ ਘਰ ਆ। ਅਸੀਂ ਇੱਥੇ ਸਟੂਡੈਂਟ ਆ, ਇੱਥੇ ਪੜ੍ਹਨ ਆਉਂਦੇ, ਕੰਮ ਸਿੱਖਣ ਆਉਂਦੇ ਤੇ ਧੰਦੇ ਕਰਨ ਆਉਂਦੇ ਆ। ਅੱਜ ਕੀ ਹੋਇਆ? ਅੱਜ ਕੀ ਹੋਇਆ? ਅੱਜ ਕੀ ਹੋਇਆ? ਆ ਦੇਖੋ ਅੱਜ ਕੀ ਹੋਇਆ। ਥੱਪੜ ਮਾਰੇ ਨੇ ਮਾਰੇ ਆ। ਆ ਦੇਖੋ ਥੱਪੜ ਮਾਰੇ ਆ। ਕੌਣ ਸੀਗਾ, ਕਿਹਨੇ ਮਾਰੇ? ਲਵੀ ਖੰਨਾ, ਲਵੀ ਖੰਨਾ। ਇੱਥੇ ਦਾ ਲੋਕਲ ਆ ਉਹ। ਆ ਕੋਲ ਘਰ ਆ ਉਹਦਾ। ਨਹੀਂ, ਉਹ ਉੱਪਰ ਕੀ ਕਰਨ ਆਉਂਦਾ? ਮੈਡਮ, ਮੈਡਮ ਨੇ ਸੱਦਿਆ ਮੈਨੂੰ ਲੈਣ ਆਇਆ ਸੀ, ਕਹਿੰਦਾ ਮੈਂ ਤੇਰਾ ਐਡਵਾਂਸ ਲਿਆ ਹੋਇਆ, ਮੇਰੇ ਨਾਲ ਚੱਲ। ਮੈਂ ਜਦੋਂ ਇਹਨੂੰ ਮਨਾ ਕੀਤਾ, ਮੇਰੇ ਕੱਪੜੇ ਪਾੜੇ ਨੇ ਮਾਰਿਆ। ਆ ਦੇਖੋ ਆ ਜਾ ਮੈਂ ਕੈਮਰੇ ਨਹੀਂ ਆ ਉੱਥੇ ਲੈ ਕੇ ਗਏ। ਮੇਰੇ ਤੋਂ ਵੀਡੀਓ ਬਣੀ ਪਈ ਆ, ਜਦੋਂ ਮੈਂ ਮਨਾ ਕੀਤਾ ਮੈਂ ਕਿਹਾ ਮੈਂ ਮੀਡੀਆ ਨੂੰ ਸੱਦ ਰਹੀ ਆ। ਮੈਨੇਜਰ ਆ ਜਿਹੜੀ ਰਸ਼ਮੀ, ਮੇਰੇ ਪੈਰੀ ਪਈ ਆ, ਉਹ ਪੂਰੀ ਵੀਡੀਓ ਆ। ਮੈਂ ਤੇਰੇ ਮੋਰੇ ਹੱਥ ਜੋੜਦੀ ਆ, ਮੀਡੀਆ ਨੂੰ ਨਾ ਸੱਦ, ਅਸੀਂ ਇਦਾਂ ਦਾ ਕੁਛ ਨਹੀਂ ਕਰਦੇ। ਮੈਂ ਤੇਰੇ ਪੈਰੀ ਪੈਣੀ ਆ, ਮੈਨੇ ਸਾਰਿਆਂ ਨੇ ਮੇਰੇ ਪੈਰੀ ਹੱਥ ਲਾਇਆ। ਮੁੰਡਾ ਉੱਪਰ ਆ, ਕੋਠੇ ਤੇ ਚੜਿਆ ਹੋਇਆ। ਉਹਨੇ ਮੇਰੇ ਸੁਣਵਾਈ ਨਹੀਂ ਕੀਤੀ, ਪੈਸੇ ਦੀ ਪਾਵਰ ਆ। ਮਤਲਬ ਇਹ ਉੱਪਰ ਕੀ ਕਰਨ ਗਿਆ? ਉਹਨੂੰ ਉਹਦਾ ਕੋਈ ਹੱਕ ਨੀ ਬਣਨਾ ਸੀ ਮੈਨੂੰ ਪੁੱਛਦਾ, ਕੁੜੀਆ ਤੇਰੇ ਨਾਲ ਕੀ ਹੋਇਆ? ਕਹਿ ਰਹੇ ਆ ਸਾਡਾ ਦੇਸ਼ ਕੁੜੀਆਂ ਮੋਹਰੇ ਹੋ ਗਈਆਂ, ਕੁੜੀਆਂ ਇਸ ਕੰਮ ਚ ਮੋਹਰੇ ਹੋਈਆਂ, ਅਸੀਂ ਇੱਥੇ ਧੰਦੇ ਕਰਨ ਆਉਂਦੇ ਆ। ਇਹ ਐਸ ਆਈ ਕਿਉਂ ਨੀ ਮੇਰੇ ਕੋਲ ਆਇਆ? ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ, ਉਹਨੇ ਮੈਨੂੰ ਕਿਉਂ ਨੀ ਪੁੱਛਿਆ? ਉਹ ਕਹਿੰਦੀ ਲੜਕੀ ਦਾ ਕਹਿਣਾ ਇੱਥੇ ਧੰਦਾ ਚੱਲਦਾ ਹੈਗਾ, ਉਹਦੇ ਕੱਪੜੇ ਵੀ ਪਾੜੇ ਗਏ। ਸਰ, ਉਹਦਾ ਕੋਈ ਕੱਪੜਾ ਨੀ ਪਾੜਿਆ, ਮੇਰੇ ਸਾਰੇ 100+ ਸਟੂਡੈਂਟਸ ਇੱਥੇ, ਮੇਰਾ ਸਾਰਾ ਸਟਾਫ ਇੱਥੇ, ਕੋਈ ਇੱਕ ਬੰਦਾ ਕਹਿ ਦੇ ਕਿ ਉਹਦੇ ਕੱਪੜੇ ਪਾੜਿਆ। ਈਵਨ ਮੈਂ ਉਹਨੂੰ ਥੱਲੇ ਲੈਣ ਗਈ ਆ, ਉਹਨੇ ਮੈਨੂੰ ਇਹ ਕਿਹਾ, ਕਹਿੰਦੀ ਜੇ ਤੁਸੀਂ ਮੈਨੂੰ ਹੱਥ ਲਾਇਆ ਮੈਂ ਆਪਣੇ ਕੱਪੜੇ ਪਾੜ ਲੈਣਾ, ਤੁਹਾਡੇ ਤੇ ਕੋਈ ਵੀ ਐਲੀਗੇਸ਼ਨ ਲੱਗ ਸਕਦਾ। ਮੈਡਮ, ਉਹਦਾ ਕਹਿਣਾ ਕਿ ਕਿਹੜੇ ਰੂਮ ਚ ਸਾਨੂੰ ਲੈ ਕੇ ਗਿਆ ਤੇ ਕੈਮਰੇ ਨਹੀਂ ਲੱਗੇ? ਸਰ, ਉਹ ਉੱਥੇ ਹੀ ਬੈਠੀ ਸੀਗੀ, ਕਿਉਂਕਿ ਸਾਰੇ ਰੂਮ ਬਿਜ਼ੀ ਸੀ, ਇੱਥੇ ਕਾਉਂਸਲਿੰਗ ਚੱਲਦੀ ਪਈ ਸੀਗੀ, ਬਾਹਰ ਵੀ ਕਲਾਇੰਟਸ ਬੈਠੇ ਸੀ, ਉੱਧਰ ਵੀ ਸਰਵਿਸਿਜ਼ ਚੱਲਦੀਆਂ ਸੀ, ਇੱਕ ਉਹੀ ਰੂਮ ਫ੍ਰੀ ਸੀ। ਥੋੜਾ ਜਿਹਾ ਜਾਵਾਂ ਕਿ ਜੇ ਤੁਸੀਂ ਸਾਡੇ ਨਾਲ ਨਾ ਕਿ ਗੱਡੀ 'ਚ ਬੈਠੀ ਨਹੀਂ, ਕਿਉਂਕਿ ਅਸੀਂ ਐਡਵਾਂਸ ਪੈਸੇ ਲੈ ਚੁੱਕੇ ਹਾਂ, ਤੁਹਾਨੂੰ ਸਾਡੇ ਨਾਲ ਗੱਡੀ 'ਚ ਬਹਿਣਾ ਪੈਣਾ ਹੈ, ਉਹਨਾਂ ਦੇ ਲਈ ਜਾਵਾਂ। ਸਰ, ਇਹ ਸਭ ਕੁਛ ਝੂਠ ਆ, ਕੋਈ ਕੁਛ ਨਹੀਂ ਮੇਰਾ। ਮੈਂ ਤੁਹਾਨੂੰ ਕਹਿੰਦੀ 100 ਬੱਚਾ ਮੇਰਾ ਇੱਥੇ, ਮੇਰੇ 10 ਤੋਂ ਜ਼ਿਆਦਾ ਸਟਾਫ ਮੈਂਬਰ, ਕੋਈ ਇੱਕ ਸਟਾਫ ਮੈਂਬਰ ਕਹਿ ਦੇਵੇ ਕਿ ਹਾਂਜੀ ਮੈਡਮ ਨੇ ਆਹ ਗੱਲ ਉਹਦੇ ਨਾਲ ਕੀਤੀ ਆ, ਤਾਂ ਮੈਂ ਜੋ ਲੜਕੀਆਂ ਹੈਗੀਆਂ ਹਰਦੋ ਖਾਨਪੁਰ ਪਿੰਡ ਦੀਆਂ, ਰਿੰਕੀ ਆ ਇੱਕ, ਸ਼ਾਇਦ ਕੋਈ ਹੋਰ, ਉਹ ਵੀ ਇੱਥੇ ਦੇ ਸਟੂਡੈਂਟ ਆ। ਉਹ ਇਹਨਾਂ ਦੀ ਆਪਸੀ ਗੱਲਬਾਤ ਹੋਈ ਆ, ਜਿਸ ਤੋਂ ਝਗੜਾ ਹੋ ਗਿਆ। ਝਗੜਾ ਹੋਣ ਤੋਂ ਬਾਅਦ ਜਿਹੜਾ ਇੱਥੇ ਕਾਫੀ ਉਹ ਕਿਉਂਕਿ ਸਟੂਡੈਂਟਸ ਹੋਰ ਵੀ ਹੈਗੇ ਆ, ਅਤੇ ਹੱਲਾ ਗੁੱਲਾ ਕਾਫੀ ਵੱਧ ਗਿਆ ਸੀ। ਜਿਹੜੇ ਮੋਟੇ ਪੁਲਿਸ ਪਾਰਟੀ ਉੱਥੇ ਪਹਿਲਾਂ ਵੀ ਆ ਚੁੱਕੀ ਹੈ, ਜਿਨ੍ਹਾਂ ਨੇ ਉਹਨਾਂ ਨੂੰ ਸਮਝਾ ਕੇ ਭੇਜਤਾ। ਬਾਕੀ ਜੋ ਵੀ ਇਹ ਆਪਣੇ ਸਟੇਟਮੈਂਟਸ ਦੇਣਗੇ, ਜੋ ਉਹਨਾਂ ਦੀ ਪੁਲਿਸ ਹੈ ਉਹਦੇ ਮੁਤਾਬਕ। ਉਹ ਜੀ ਕੋਈ ਦਿੱਕਤ ਤਾਂ ਹੈ ਨਹੀਂ ਜੀ, ਬਾਕੀ ਤੁਸੀਂ ਇਤਜਾਜ਼ ਸਿਆਣੇ ਉੱਪਰ ਜਾ ਕੇ ਦੇਖ ਸਕਦੇ ਹੋ, ਜਿੱਥੇ ਸਟੂਡੈਂਟਸ ਹੋਰ ਵੀ ਆ, ਕਿਉਂਕਿ ਇਸ ਇੰਸਟੀਚਿਊਟ ਦੇ ਵਿੱਚ ਉਹਨਾਂ ਦੇ ਰਜਿਸਟਰ ਐਂਟਰੀ ਚੈੱਕ ਕਰਕੇ ਆਇਆ ਕਿ ਉਹਦੇ ਵਿੱਚ ਜ਼ਿਆਦਾ ਸਟੂਡੈਂਟ ਹੈਗੇ ਆ। ਉਹਨਾਂ ਦੇ 3 ਬੈਚ ਚੱਲਦੇ ਪਏ ਆ ਸਟੂਡੈਂਟਸ ਦੇ, 2-2 ਘੰਟੇ ਦਾ ਇੱਕ ਕਲਾਸ ਹੁੰਦੀ ਆ ਜੋ ਚੱਲ ਰਿਹਾ। ਕੁੜੀਆਂ ਵੀ ਜੇ ਜਿਦਾਂ ਕੁਛ ਕਰਦੇ ਕਹਿ ਰਹੀਆਂ, 6 ਮਹੀਨੇ ਦਾ ਇੱਕ ਕੁੜੀ ਨੂੰ ਹੋ ਗਿਆ, 4-2 ਮਹੀਨੇ ਇੱਕ ਕੁੜੀ ਨੂੰ ਹੋ ਗਿਆ, ਇੱਥੇ ਕੰਮ ਆਪਣੇ ਕਰਦੀ ਪਿਛਲੇ ਸਾਲ ਦੀ ਰੀਸੀਆਂ 3 ਮਹੀਨੇ ਦੀਆਂ ਲੱਗੀਆਂ, ਅਤੇ ਉਹ ਜੇ ਕਰ ਰਹੀ ਆ ਅਤੇ ਪਿਛਲੇ 3 ਮਹੀਨੇ ਤੋਂ ਹੈਗੀ ਆ। ਪਹਿਲਾਂ ਕਿਸੇ ਨੇ ਕੋਈ ਧਿਆਨ 'ਚ ਨਹੀਂ ਲਿਆਂਦਾ, ਅੱਜ ਝਗੜਾ ਹੋਣ ਤੋਂ ਬਾਅਦ ਸਾਰੀਆਂ ਗੱਲਾਂ ਜਿਹੜੀਆਂ ਧਿਆਨ 'ਚ ਲੱਗੀਆਂ, ਫਿਰ ਵੀ ਵੈਰੀਫਾਈ ਕਰਾਂਗੇ। ਪਰ ਕੁੜੀਆਂ ਦਾ ਕਹਿਣਾ ਹੈਗਾ ਕਿ ਅਸੀਂ ਜਿਹੜਾ ਹੈਗਾ ਵੀ ਮੈਨੇਜਰ ਦੇ ਧਿਆਨ ਦੇ ਵਿੱਚ ਆਪਾਂ ਲਿਆਂਦੇ ਰਹੇ, ਧਿਆਨ 'ਚ ਤਾਂ ਲੈਣਾ। ਦੇਖੋ ਜੇ ਮੈਨੇਜਰ ਵੀ ਇੱਥੇ ਹੀ ਆ, ਹੁਣ ਮੈਨੇਜਰ ਦੀ ਐਲੀਗੇਸ਼ਨ ਲੱਗ ਰਹੇ ਆ ਕਿ ਇਹੋ ਜਿਹੀ ਗੱਲ ਆ, ਧਿਆਨ 'ਚ ਲਿਆਂਦੇ ਪਹਿਲਾਂ ਆਪਣੇ ਪੇਰੈਂਟਸ ਦੇ ਧਿਆਨ 'ਚ ਲਿਆ ਸਕਦੇ ਹਾਂ ਜੀ, ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਹੀ ਜਾਂ ਹੋਰ ਤੁਸੀਂ ਵੀ ਇੱਥੇ ਸੀ, ਪ੍ਰੈਸ ਵਾਲੇ ਵੀ ਤੁਹਾਡੇ ਵੀ ਧਿਆਨ 'ਚ ਲਿਆ ਸਕਦੇ ਸੀ ਮਸਲਾ। ਪਰ ਅੱਜ ਝਗੜੇ ਤੋਂ ਬਾਅਦ ਲਿਆਉਣਾ, ਇਹ ਤਾਂ ਕੋਈ ਇੰਨਾ ਕਲੀਅਰ ਨਹੀਂ, ਫੇਰ ਵੈਰੀਫਾਈ ਕਰ ਰਹੇ ਜੋ ਫੈਕਟਸ ਹੋਣ ਦੇ ਅਨੁਸਾਰ ਕਰ ਰਹੇ। ਪੁਲਿਸ ਅਧਿਕਾਰੀ ਤੇ 50,000 ਦੇ ਦੋਸ਼ ਲਾਏ ਕੁੜੀਆਂ ਨੇ ਜੀ, ਕਿ ਮੁਕੇਸ਼ ਕੰਨੇ ਤੋਂ ਉਹਨਾਂ ਨੇ ਆਉਂਦੇ ਸਾਰ ਹੀ 50,000 ਰੁਪਏ ਮੁਕੇਸ਼ ਕੰਨੇ ਨੇ ਦਿੱਤਾ ਜੀ ਉਹਨਾਂ ਨੇ। ਚਲੋ, ਹਜੇ ਤਾਂ ਪਤਾ ਹੀ ਨਹੀਂ ਜੀ ਅਸੀਂ ਕਿਸ ਪਾਸੇ ਨੂੰ ਜਾਣਾ, ਐਲੀਗੇਸ਼ਨ ਤਾਂ ਬਹੁਤ ਇਹੋ ਜਿਹੇ ਲੱਗ ਜਾਂਦੇ ਆ। ਓਕੇ।